ਇੱਕਮ ਕੀ ਕਹਾਂਗੇ ਫਰਸਟ ਐਕਸ਼ਨ ਕੀਆ ਤੁਹਾਡਾ ਮਦਰ ਦੇ ਲਈ ਚੋਣ ਪ੍ਰਚਾਰ ਬਹੁਤ ਅੱਛਾ ਲੱਗ ਰਿਹਾ ਹੈ ਪਹਿਲਾਂ ਤਾਂ ਸ੍ਰੀ ਕਾਲਜੀ ਮੈਨੂੰ ਇੱਥੇ ਬੁਲਾਉਣਾਸਤੇ ਬਹੁਤ ਅੱਛਾ ਲੱਗ ਰਿਹਾ ਹੈ ਸਾਰੇ ਲੋਕਾਂ ਨੂੰ ਮਿਲ ਕੇ ਲੋਕਾਂ ਦਾ ਉਤਸ਼ਾਹ ਵੇਖ ਕੇ ਬਹੁਤ ਅੱਛੀ ਫੀਲਿੰਗ ਆ ਰਹੀ ਹੈ ਪਹਿਲੀ ਵਾਰ ਉਹਦੀ ਮੰਮਾ ਵਾਸਤੇ ਕੈਂਪੇਨ ਕਰ ਰਹੀ ਹੈ ਪਾਪਾ ਵਾਸਤੇ ਕਰਦੀ ਰਹੀ ਹੈ ਤਾਂ ਇੱਕ ਡਿਫਰੈਂਟ ਲੈਵਲ ਦੀ ਐਕਸਾਈਟਮੈਂਟ ਹੈ ਬਹੁਤ ਅੱਛਾ ਲੱਗ ਰਿਹਾ ਹੈ ਕਿੰਨਾ ਫਰਕ ਫਾਦਰ ਦੇ ਨਾਲ ਕੈਂਪੇਨ ਕਰਨਾ ਤੇ ਅੱਜ ਪਹਿਲੀ ਵਾਰ ਮਦਰ ਦੇ ਲਈ ਵੋਟਾਂ ਮੰਗ ਰਿਹਾ ਹੈ ਕੀ ਫਰਕ ਮਹਿਸੂਸ ਕਰ ਰਹੇ ਹੋ ਫਰਕ ਨਹੀਂ ਹੈ ਜੀ ਤੁਸੀਂ ਆਪਣੇ ਪਰਿਵਾਰਾਸਤੇ ਸੇਮ ਪਰਿਵਾਰ ਦੇ ਜੀ ਹੈ ਦੋਵੇਂ ਦੋ ਮਾ ਦੋ ਮਾਸਤੇ ਪਹਿਲਾਂ ਪਾਪਾ ਵਾਸਤੇ ਮੰਗੀਆਂ ਹੁਣ ਮਮਾ ਵਾਸਤੇ ਮੰਗੀਆਂ ਮੰਗ ਮੰਗ ਰਹੀ ਹੈ ਤਾਂ ਆਈ ਥਿੰਕ ਜਿਹੜੇ ਲੋਕੀ ਹੈ ਉਹ ਇੱਕ ਹੀ ਪਰਿਵਾਰ ਵੇਖਦੇ ਆ ਉਹ ਹਸਬੰਡ ਵਾਈਫ ਚ ਕੋਈ ਫਰਕ ਨਹੀਂ ਵੇਖਦੇ ਮੈਂ ਮਮਾ ਪਾਪਾ ਚ ਫਰਕ ਨਹੀਂ ਵੇਖਦੀ ਤਾਂ ਕੋਈ ਜ਼ਿਆਦਾ ਫਰਕ ਨਹੀਂ ਹੈ ਵੋਟ ਤੁਸੀਂ ਉੱਥੇ ਹੀ ਪਾ ਕੇ ਆਉਣੀ ਹੈ ਸੋ ਉਹੀ ਸੇਮ ਚੀਜ਼ਾਂ ਹੈ ਪਰ ਹਾਂ ਅੱਜ ਇਸ ਵਾਰ ਔਰਤਾਂ ਵਿੱਚ ਬਹੁਤ ਜ਼ਿਆਦਾ ਉਛਾਇ ਕਿਉਂਕਿ ਪਹਿਲੀ ਵਾਰ ਕਿਸੇ ਔਰਤ ਨੂੰ ਟਿਕਟ ਮਿਲੀ ਹੈ ਕਿਦਦਰ ਵਤੋਂ ਤਾਂ ਔਰਤਾਂ ਵਿੱਚ ਖਾਸ ਕਰਕੇ ਜ਼ਿਆਦਾ ਉਛਾਇ ਜੇ ਆਪਾਂ ਸ਼ਹਿਰੀ ਪਾਸਾ ਵੇਖੀਏ ਤੇ ਪਿੰਡਾਂ ਚ ਵੇਖੀਏ ਤਾ ਬਸ ਇਹੀ ਫਰਕ ਹੈ ਕਿ ਮੁੱਦੇ ਕੀ ਨੇ ਲੋਕਾਂ ਦੇ ਲੋਕ ਕੇ ਵਜੇ ਕੰਮਕਾਜ ਦੀ ਉਮੀਦ ਕਰਦੇ ਨੇ ਹਾਲਾਂਕਿ ਤੁਹਾਡੇ ਫਾਦਰ ਲੰਬੇ ਟਾਈਮ ਤੋਂ ਇਥੇ ਗਦਰਬਾਦ ਦੇ ਵਿੱਚ ਸਰਗਰਮ ਰਹੇ ਨੇ ਫਿਲਹਾਲ ਆਪਾਂ ਕੋਣੀਪਿੰਡ ਵਿੱਚ ਖੜੇ ਆ ਕੋਣੀਪਿੰਡ ਵਿੱਚ ਆਪਾਂ ਕਾਫੀ ਕੰਮ ਕਰਾਏ ਆ ਆ ਤੁਹਾਡੇ ਜਿਵੇਂ ਤੁਹਾਡੇ ਸਕੂਲ ਕਾਫੀ ਹੱਦ ਤੱਕ ਠੀਕ ਬਣਾਏ ਹੈ। ਅ ਥੋੜਾ ਛੱਪੜ ਦਾ ਕੰਮ ਜੋ ਵੀ ਤੁਹਾਡੇ ਪੁਰਾਣੇ ਕੰਮ ਜਿਹੜੇ ਰਹਿੰਦੇ ਸੀ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤੇ ਉਹ Papa ऑलरेडी ਕਰ ਚੁੱਕੇ ਹੈ। ਪਰ ਜਿਹੜੀਆਂ ਹੁਣ ਮੰਗਾ ਹੈ ਉਹ ਕਾਫੀ ਇੰਡੀਵਿਜੂਅਲ ਲੈਵਲ ਤੇ ਹੈ ਕਿਸਦੇ ਘਰ ਨੇ ਕਿਸਦੇ ਕੋਠੇ ਨੇ ਕਿਸੇ ਦੇ ਨੌਕਰੀਆਂ ਨੇ। ਤ I think ਹੁਣ ਮੇਨ ਫੋਕਸ ਬੱਚਿਆਂ ਦੀਆਂ ਨੌਕਰੀਆਂ ਤੇ ਹੈ ਕਿ ਆਪਾਂ ਇੰਨੀ ਮਤਲਬ ਆਪਾਂ ਨੂੰ ਐਗੈਸੀ ਗਿੱਧਰਵਾਲੀ ਲੋਕਾਂ ਨੇ Papa ਨੂੰ ऑलरेडी ਬਹੁਤ ਤਾਕਤ ਬਖਸ਼ੀ ਹੈ। ਤੇ ਇਸ ਵਾਰ ਜੇ ਫੇਰ ਆਪਾਂ ਮੰਮਾ ਨੂੰ ਲੈ ਕੇ ਆਏ ਤੇ ਕੁਝ ਇਹੋ ਜਿਹਾ ਜਿਹੜਾ ਬੱਚਿਆਂ ਔਰਤਾਂ ਤੇ ਬੱਚਿਆਂ ਵਾਸਤੇ ਮੁੰਡਿਆਂ ਵਾਸਤੇ ਤੇ ਕੁੜੀਆਂ ਵਾਸਤੇ ਨੌਕਰੀਆਂ ਜਿਹੜੀ ਆਪਾਂ ਲੋਕਲ ਲੈਵਲ ਤੇ ਆਪਾਂ ਨੌਕਰੀਆਂ ਬੱਚਿਆਂ ਨੂੰ ਪ੍ਰੋਵਾਈਡ ਕੀਤੀਆਂ ਜਾਣ ਤੇ ਹਰ ਇੱਕ ਬੱਚੇ ਨੂੰ ਪੜਿਆ ਲਿਖਿਆ ਹੋਵੇ ਜਾਂ ਨਾ ਲਿਖਿਆ ਹੋਵੇ ਤਾਂ ਹਰ ਇੱਕ ਬੱਚੇ ਵਾਸਤੇ ਨੌਕਰੀ ਆਈ ਥਿੰਕ ਇਹ ਇੱਕ ਆ ਬਹੁਤ ਵੱਡਾ ਮੁੱਦਾ ਹੈ ਕਈ ਲੋਕ ਇੱਕੰਮ ਬਾਰੇ ਜਾਨਣਾ ਚਾਹੁੰਦੇ ਨੇ ਇੱਕਮ ਪੜ ਰਹੀ ਹੈ ਅੱਗੇ ਕੀ ਕਰ ਰਹੀ ਹੈ ਔਰ ਡ੍ਰੀਮ ਕੀ ਹੈ ਇੱਕਮ ਦਾ ਸਟੱਡੀ ਅੱਗੇ ਕਰਨੀ ਹੈ ਕਿ ਸਿਆਸਤ ਚ ਜਾਣਾ ਹੈ ఐ థింక్ స్టడీ ਤਾਂ ਜੀ ਕਰਨੀ ਕਰਨੀ ਹੈ ਕੁਝ ਵੀ ਤੁਸੀਂ ਪੋਸੀਸਿਵ ਕਰਨਾ ਹੈ ਕੋਈ ਵੀ ਮਤਲਬ ਫੀਲਡ ਤੁਹਾਨੂੰ ਸਟੱਡੀ ਤਾਂ ਜੀ ਕਰਨੀ ਪਊਗੀ ਮੈਂ ਫਿਲਹਾਲ 12th ਚ ਐ 18 ਸਾਲਾਂ ਦੀ ਹੋਈ ਹੈ ਹੁਣ ਲਾਅ ਕਰਨਾ ਚਾਹੁੰਦੀ ਆ ਫਿਲਹਾਲ ਤਾਂ ਸਿਆਸਤ ਦਾ ਜੇ ਕਦੇ ਸੋਚਿਆ ਨਹੀਂ ਪਰ ਇੱਕ ਡ੍ਰੀਮ ਹੈ ਕਿ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਆ ਜਿਵੇਂ ਮਮਾ ਪਾਪਾ ਨੂੰ ਵੇਖਦੀ ਆ ਉਵੇਂ ਕੰਟੀਨਿਊ ਕਰਨਾ ਚਾਹੁੰਦੀ ਆ ਜਿਆਦਾ ਟਿਊਨਿੰਗ ਫਾਦਰ ਦੇ ਨਾਲ ਕਿ ਮਦਰ ਦੇ ਨਾਲ ਕਿਉਂਕਿ ਇੱਕ ਪਾਸੇ ਪਰਲਾ ਥੋੜਾ ਹੈ ਕਈ ਵਾਰੀ ਭਾਰੀ ਹੁੰਦਾ ਜਿਆਦਾ ਕਿਈ ਵਾਰੀ ਮਾਂਵੰਨੀ ਹੁੰਦਾ ਜਾਂ ਫਾਦਰਵੰਨੀ ਹੁੰਦਾ ਨਹੀਂ ਜੀ ਆਈ ਥਿੰਕ ਮੈਂ I ਮੀਨ ਬਹੁਤ ਸਵਾਲ ਪੁੱਛਦੇ ਹਰ ਆਈ ਥਿੰਕ ਜਿੰਨੇ ਵੀ ਰਿਪੋਰਟਰਸ ਮੀਂ ਆਂਟਰਵਿਊ ਲੈਣੋਂ ਦੇ ਆ ਕੁਐਸਚਨ ਨ ਜ਼ਰੂਰ ਪੁੱਛ ਕੇ ਜਾਂਦੇ ਆ ਆਈ ਥਿੰਕ ਆ ਮੈਟਰ ਕਰਦਾ ਹੈ ਕਿ ਮੂਡ ਤੇ ਮੈਟਰ ਕਰਦਾ ਹੈ ਜਾਂ ਡੇ ਤੇ ਮੈਟਰ ਕਰਦਾ ਹੈ ਕਿ ਕਿਹਦੇ ਨਾਲ ਅੱਜ ਠੀਕ ਗੱਲ ਹੋਈ ਹੈ ਜਾਂ ਕਿਹਦੇ ਨਾਲ ਲੜਾਈ ਹੋਈ ਹੈ ਸੋ ਆਈ ਥਿੰਕ ਉਸ ਚੀਜ਼ ਤੇ ਮੈਟਿਕ ਕਰਦਾ ਹੈ ਐਨੀ ਸਪੈਸਿਫਿਕਲੀ ਨਹੀਂ ਹੈ ਕਿ ਮਤਲਬ ਮੰਮਾ ਨਾਲ ਪਿਆਰ ਜ਼ਿਆਦਾ ਹੈ ਜਾਂ ਪਾਪਾ ਨਾਲ ਪਿਆਰ ਜ਼ਿਆਦਾ ਹੈ ਉਹ ਡੇ ਡੇ ਤੇ ਮੈਟਿਕ ਕਰਦਾ ਚੇਂਜ ਹੁੰਦਾ ਰਹਿੰਦਾ ਹੈ ਛਿੜਕਾਂ ਪੈਂਦੀਆਂ ਕਈ ਵਾਰ ਪਹਿਜੰਦੀਆਂ ਕਿਰਦਾ ਕੋਨਾ ਜਿਆਦਾ ਕੋਨਾ ਚਿਰਦਾ ਬੇਸੀ ਚਿਰਕਾ ਇੰਨਾ ਨਹੀਂ ਚੜਕਤੇ ਮੈਨੂੰ ਮਤਲਬ ਆਵੜ ਵੀ ਹੋ ਗਈ ਹੈ ਹੁਣ ਮੈਂ ਤਾਂ ਮੈਨੂੰ ਕਿਉਂਕਿ ਤੁਹਾਡੇ ਤੋਂ ਕੋਈ ਸਿਆਸੀ ਸਵਾਲ ਨਹੀਂ ਕਰਾਂਗਾ ਮੈਂ ਤੁਸੀਂ ਆਪਦੇ ਫਾਦਰ ਦੇ ਲਈ ਮਦਰ ਦੇ ਲਈ ਕੈਂਪੇਨ ਕਰ ਰਹੇ ਹੋ ਸਿਆਸੀ ਸਵਾਲ ਤੁਹਾਡੇ ਨਹੀਂ ਕੋਈ ਨਹੀਂ ਹੋਏਗਾ ਨਹੀਂ ਚਿਰਕਾ ਪਹਿਜੰਦੀਆਂ ਪਾਪਾ ਤਾਂ ਪਹਿਜੰਦੀਆਂ ਬਹੁਤ ਘੱਟ ਮੇਰੇ ਬ੍ਰਦਰ ਨੂੰ ਜ਼ਿਆਦਾ ਪੈਂਦੀ ਹੈ ਮੇਰੇ ਨਾਲ ਪਰ ਮੈਨੂੰ ਪੈ ਜਾਂਦੀ ਹੈ ਕਈ ਵਾਰੀ ਜਿਵੇਂ ਕੋਈ ਕੰਮ ਨਹੀਂ ਹੋਇਆ ਕਰੀ ਜਾਂ ਪਾਪਾ ਨੇ ਕੁਝ ਕਿਹਾ ਸੀ ਮੈਂ ਭੁੱਲ ਗਈ ਕਰਨਾ ਤਾਂ ਫਿਰ ਪਾਪਾ ਬੋਲ ਦਿੰਦੇ ਆ ਕਿ ਮਤਲਬ ਤੁਸੀਂ ਤਾਂ ਕਰ ਦੇਣੀ ਹੋ ਮੈਂ ਜੇ ਹੁੰਦਾ ਸੀ ਮੈਂ ਕਰ ਲੈਂਦਾ ਸੀ ਯੂ نو ਤੇ ਇਹੋ ਜੀ ਆਮ ਛੋਟੀਆਂ ਛੋਟੀਆਂ ਚੀਜ਼ਾਂ ਤੁਹਾਡਾ ਯਾਦ ਹੈ ਕਿ ਇੰਟਰਵਿਊ ਵਿੱਚ ਰਾਜੇ ਵਿਢਿੰਗ ਤੁਹਾਡੇ ਲਈ ਗਾਣਾ ਗਾਇਆ ਹੈ ਕੁੜੀਏ ਕਿਸਮਤ ਪੁੜੀਏ ਬਿਲਕੁਲ ਜੀ ਕਰੇ ਗਾਉਂਦੇ ਰਹਿੰਦੇ ਆ ਉਹ ਸਿਰਫ ਇੰਟਰਵਿਊਜ਼ ਵਿੱਚ ਨਹੀਂ ਉਹ ਕਰੀਆ ਗਾਣਾ ਬਹੁਤ ਜ਼ਿਆਦਾ ਗੁੰਦੇ ਆਈ ਥਿੰਕ ਮੇਰੇ ਹਰ ਇੱਕ ਬਰਥਡੇ ਤੇ ਹਰ ਇੱਕ ਸਾਡੀ ਕੋਈ ਵੀ ਕਰੇ ਕੁਝ ਵੀ ਹੁੰਦਾ ਕੋਈ ਵੀ ਤਿਉਹਾਰ ਹੁੰਦਾ ਆਪਾਂ ਆਪਾਂ ਨੇ ਗਾਣਾ ਜ਼ਰੂਰ ਗਾਣਾ ਹੁੰਦਾ ਅੱਛਾ ਸੋਸ਼ਲ ਮੀਡੀਆ ਦੇਖਦੇ ਹੋ ਫੋਲੋ ਕਰਦੇ ਹੋ ਸੋਸ਼ਲ ਮੀਡੀਆ ਨਹੀਂ ਦੇਖ ਲੈਣੀ ਹੈ ਜੀ ਜਿਵੇਂ YouTube ਜਾਂ ਜੋ ਵੀ ਆਪਾਂ ਦੇਖਦੇ ਆਂ ਦੇਖ ਲੈਣੀ ਹੈ ਅਦਰ ਉਹਦੇ ਵਿੱਚ ਕਈ ਵਾਰ 네ਗੇਟਿਵ ਕਮੈਂਟ ਹੁੰਦੇ ਨੇ ਚਾਹੇ ਉਹ ਤੁਹਾਡੇ ਫਾਦਰ ਤੇ ਹੋਗੇ ਮਦਰ ਤੁਹਾਡੇ ਹੋਣੇ ਸਿਆਸਤ ਚਾਏ ਨੇ ਦਿਲ ਤੇ ਕੀ ਬੀਦੀ ਫਸਟ ਐਕਸ਼ਨ ਕੀ ਹੁੰਦਾ I think ਜਦੋਂ ਛੋਟੀ ਸੀ ਉਦੋਂ ਫਰਕ ਪੈਂਦਾ ਸੀ ਆ ਓਨੈਸਟਲੀ ਕਮਾਤਾ ਜਦੋਂ ਛੋਟੀ ਸੀ ਉਹ ਦੋ ਦੇਖਦੀ ਸੀ ਕਿ ਉਹ ਯੂ نو ਕਿ ਕਿਉਂਕਿ ਮੇਰੇ ਅਸਤੇ ਮੇਰੇ ਡੈਡ ਹੀਰੋ ਹੈ ਨਾ ਮੈਂ ਇੱਕ ਬੇਟੀ ਦੀ ਅੱਖਾਂ ਨਾਲ ਦੇਖ ਮਤਲਬ ਹਰ ਇੱਕ ਬੇਟੀ ਅਸੇ ਆਫ ਦਾ ਡੈਡ ਹੀਰੋ ਹੀ ਹੁੰਦਾ ਮਾਂ ਹੀਰੋ ਹੀ ਹੁੰਦੀ ਹੈ ਸੋ ਆਈ ਥਿੰਕ ਪਹਿਲਾਂ ਜਦੋਂ ਵੇਖਦੀ ਸੀ ਉਹਨੂੰ ਐ ਲੱਗਦਾ ਸੀ ਕਿ ਯੂ نو ਕਿ ਮੇਰੇ ਮਮਾ ਪਾਪਾ ਇਹੋ ਜਿਹੀ ਨਹੀਂ ਹੈ ਕੀ ਬੋਲ ਰਹੇ ਬਟ ਆਈ ਥਿੰਕ ਹੁਣ ਤੁਸੀਂ ਲੋਕਾਂ ਦੇ ਓਪੀਨੀਅਨਸ ਨੂੰ ਐਕਸੈਪਟ ਕਰਦੇ ਹੋ ਹਰ ਇੱਕ ਬੰਦਾ ਉਹ ਸਾਈਡੋਂ ਨਹੀਂ ਵੇਖਦਾ ਜਿਵੇਂ ਤੁਸੀਂ ਆਪ ਦੇਖਦੇ ਹੋ ਤੇ ਆਈ ਥਿੰਕ ਇਨੀ ਜੇ ਪਾਪਾ ਮਤਲਬ ਲੋਕੀ ਜਿਹੜੇ ਕਮੈਂਟਸ ਬੋਲਦੇ ਆ ਇੰਨਾ ਕੋਈ ਨੈਗੇਟਿਵ ਤਾਂ ਘੱਟੀ ਵਾ ਘਟਵਾਦੀ ਹੁੰਦਾ ਹੈ ਪਰ ਜੇ ਕੋਈ ਕਹਿੰਦਾ ਤਾਂ ਆਈ ਥਿੰਕ ਇਟ ਉਹਨਾਂ ਦਾ ਆਪ ਦਾ opinion ਹੈ ਉਹ ਆਪ ਦਾ opinion ਪਰ ਮੈਂ ਉਹਨਾਂ ਨੂੰ ਆਹਾ ਜ਼ਰੂਰ ਮਤਲਬ ਕਹਿਣਾ ਚਾਹੂੰਗੀ ਕਿ ਬਿਫੋਰ ਕਿ ਉਹ ਕੁਝ ਕਹਿਣ ਇੱਕ ਵਾਰ ਮੇਰੇ ਮੰਮਾ ਪਾਪਾ ਨੂੰ ਜ਼ਰੂਰ ਮਿਲਣ ਉਹਨਾਂ ਨਾਲ ਵਰਤਨ ਫਿਰ ਆਈ ਥਿੰਕ ਆਪ ਦਾ opinion ਬਣਾਉਣ ਮਾਹੌਲ ਕੀ ਹੈ ਤੁਸੀਂ ਸਾਰਾ ਏਰੀਆ ਘੁੰਮ ਰਹੇ ਹੋ ਚੋਣ ਪ੍ਰਚਾਰ ਮਤਰ ਲਈ ਕਰ ਰਹੇ ਹੋ ਓਵਰਆਲ ਮਾਹੌਲ ਕੀ ਲੱਗੇ ਲਾਸਟ ਵਾਲ ਮੇਰੇ ਮਾਹੌਲ ਬਹੁਤ ਅੱਛਾ ਲੱਗ ਰਿਹਾ ਜੀ ਆ ਪਿਛਲੀ ਵਾਰ ਨਾਲੋਂ ਵੀ ਹੋਰ ਵੀ ਸਟਰੋਂਗ ਲੱਗ ਰਿਹਾ ਹੈ ਆ ਆਈ ਥਿੰਕ ਪਹਿਲੀ ਵਾਰ ਕਿਉਂਕਿ ਕਿਸੇ ਔਰਤ ਨੂੰ ਟਿਕਟ ਮਿਲੀ ਹੈ ਗਿੱਦੜਵਾਚੋਂ ਤਾਂ ਤੇ ਗਿੱਦੜਵਾ ਹਮੇਸ਼ਾ ਤੋਂ ਇੱਕ ਬਹੁਤ ਸਿਆਸੀ ਸੀਟ ਰਹੀ ਹੈ ਮਤਲਬ ਕੰਪੈਰੀਟਿਵਲੀ ਹਰ ਮਤਲਬ ਹਮੇਸ਼ਾ ਬਹੁਤ ਜ਼ਿਆਦਾ ਜ਼ੋਰ ਰਿਹਾ ਹੈ ਪਾਰਟੀਆਂ ਦੇ ਤੇ ਤਾਂ ਮਾਹੌਲ ਬਹੁਤ ਅੱਛਾ ਲੱਗ ਰਿਹਾ ਹੈ ਹਮੇਸ਼ਾ ਦੀ ਤਰ੍ਹਾਂ ਆਪਾਂ ਫੇਰ ਇੱਕ ਗਰਮ ਮਾਹੌਲ ਹੈ ਤੇ ਮੈਨੂੰ ਬਹੁਤ ਪੋਜ਼ਿਟਿਵ ਵਾਈਬਸ ਆ ਰਹੀਆਂ ਮੈਨੂੰ ਲੱਗ ਰਿਹਾ ਹੈ ਕਿ ਆਪਣਾ ਕੰਮ ਮਮਾ ਦਾ ਮਮਾ ਨੂੰ ਫਤਿਹ ਬਖਸ਼ਣਗੇ ਗਿੱਦੜਵਾਲੇ ਲੋਕੀ